पत्ते खा खा के भगत कटिया उठा मुसलमान अच्छा पत्ते खा ले बजुर्ग जड़े ना साडे ये साडी विरसा है साडी विरासत है और आ जड़ा खुंडा जिहा चक्की फिरदे है ना किन्ने बजे उठदे सवेरे इन्हां ने वलायती जड़ा है इन्हां दा मित्र दोस्त ओहदी गल कीती है ते तेली परिवार दी गल कीती है मुरे नूं हो जाओ जी मुरे नूं हां चंगा जी बाबा जी फिर मेहरबानी थोड़ी महाराज जी हां ओ जी सारी गाली जी महाराज गप पुराने बंदे है ना 90-90 साल दे लज्जिया नहीं लज्जदे असि उन्हां नूं लज्ज रहे हैं तुसी बाई चांस से बैठे मिल गए सानू मैं कहा जल गल कर लिए थोड़े नाल केड़ा पिंड थोड़ा है आ खेड़ी है खेड़ी दे ही है तुसी हां जी आ बाड़ा अच्छा ओ गां घर लागे अच्छा आ थोड़ा माइक जे ला दिए थोड़ी गलबात कर लिए हां गलबात ही करनी है पता क्या है बाबा जी बंदे नहीं मिलते हुण बुजुर्ग नहीं लभदे ठीक है और बजुर्ग जड़े ना साडे ये साडी विरसा है साडी विरासत है और आ जड़ा खुंडा जिहा चक्की फिरदे है ना किन्ने बजे उठदे सवेरे हां किन्ने बजे उठदे मैं छोटा उठदा ता पी के अपना अच्छी पै रही जा अच्छा 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 क्या करदे बच्चे बच्चे ठीक है हां ठीक है ठीक है अच्छा अच्छा बाबा ये दसो थानू ता सोझी होनी सारी हल्लियां दे वेले दी भी ਮੈਂ 22 ਸਾਲ ਦਾ ਬਾਈ 22 ਸਾਲ ਦੇ ਦੇ ਹਾਂਜੀ ਤੇ ਇਹ ਇੱਥੇ ਕਿੰਨੇ ਕੁ ਰਹਿੰਦੇ ਸੀ ਮੁਸਲਮਾਨ ਕਿੱਥੇ ਇੱਥੇ ਦਾ ਬਾਪ ਆਪਣੀ ਬਰਾਦਰੀ ਕਿਹੜੀ ਹੈ ਪਹਿਲਾਂ ਇਹ ਦੱਸੋ ਜੱਟ ਹੈ ਜੱਟ ਹੈ ਹਾਂ ਅੱਛਾ ਇੱਥੇ ਕਿੰਨੇ ਕੁ ਮੁਸਲਮਾਨ ਕਿੰਨੇ ਰਹਿੰਦੇ ਸੀ ਇੱਥੇ ਅੱਛਾ ਕਹਿੰਦਾ ਨਹੀਂ ਨਾ ਪਰਾ ਹਾਂ ਅੱਛਾ ਅੱਛਾ ਬੇਦ ਲਾਗੇ ਲੱਗ ਗੁੱਜਰਾਂ ਦੀ ਗਰਾਂ ਤੇ ਇਹ ਸਾਰੇ ਗੁੱਜਰਾਂ ਦੇ ਹੀ ਸੀ ਹਾਂਜੀ ਉਹ ਮੁਸਲਮਾਨ ਤੇ ਜੀ ਹਾਂ ਅੱਛਾ ਤੁਹਾਡੀ ਕਿੰਨੀ ਉਮਰ ਹੈ ਜੀ 60 ਸਾਲ ਦੀ ਤੁਹਾਡੀ ਵੀ ਹੈਗੀ ਆ ਇਹਨਾਂ ਨੂੰ ਤਾਂ ਖਾਸੀ ਸੋਝੀ ਹੋਣੀ ਦੇਵ ਜੀ ਨੂੰ ਹਾਂਜੀ ਤੇ ਕੋਈ ਯਾਰ ਮਿੱਤਰ ਦੋਸਤ ਪੁਰਾਣੇ ਤੁਹਾਡੇ ਮੁਸਲਮਾਨ ਜਿਹੜੇ 1947 ਤੋਂ ਪਹਿਲਾਂ ਵੰਡ ਤੋਂ ਪਹਿਲਾਂ ਇੱਥੇ ਰਹਿੰਦੇ ਯਾਦ ਹੈ ਕੋਈ ਨਾਮ ਯਾਦ ਹੈ ਕਈ ਮਜਾਮਦੀਨ ਕਈ ਹੁੰਦੇ ਦੱਸਿਓ ਦੱਸਿਓ ਮੈਂ ਨਾਮ ਪਰੇ ਤੇ ਛਤੀਆਂ ਸਵਾ ਸੱਤ ਸਾਲ ਤੋਂ ਪੁੱਜੀਆਂ ਚੁੜੀਆਂ ਅੱਛਾ ਅਸੀਂ ਆਏ ਤੇ ਝੁੱਕ ਵੱਢ ਕੇ ਖੜਦਾ ਅੱਛਾ ਝੁੱਕਣੇ ਬਾਅਦ ਚੱਕਲਾੜੀ ਮੈਂ ਅੱਛਾ ਵਾਹ ਮਜਾਮਦੀਨ ਸਾਰਾ ਕੁਝ ਦੇ ਗਿਆ ਤੁਹਾਨੂੰ ਚੰਗੇ ਦੋਸਤ ਮਿੱਤਰ ਸੀਗੇ ਸਾਰੇ ਅੱਛਾ ਕਿੱਦਾਂ ਰਹਿੰਦੇ ਸੀ ਲੋਕ ਲੋਕਾਂ ਦਾ ਵਸੇਬ ਕਿੱਦਾਂ ਦਾ ਸੀ ਆਪਸ ਚ ਮੁਸਲਮਾਨਾਂ ਤੇ ਹਿੰਦੂਆਂ ਸਿੱਖਾਂ ਦਾ ਪਿਆਰ ਕੀ ਕਹਿੰਦੇ ਆ ਤੁਸੀਂ ਚੱਟਾ ਹੱਲੇ ਪੈਰੇ ਕੌਣ ਪੁੱਟਦਾ ਦਾ ਪਠੇਰੇ ਬਚ ਵੀ ਗਏ ਭਾਈ ਇੱਥੇ ਪਿੰਡ ਚ ਰਹੇ ਵੀ ਆਪਣੇ ਕੋਈ ਹਾਂਜੀ ਹੈਗੇ ਹਜੇ ਵੀ ਹਾਂਜੀ ਆ ਪਰਖਾਲੀ ਚੋੜੇ ਬੈਠੇ ਆ ਪਰਖਾਲੀ ਤਾਂ ਬਹੁਤ ਬੈਠੇ ਆ ਹਾਂਜੀ ਹਾਂਜੀ ਖੇੜੀ ਵਿੱਚ ਵੀ ਹੈਗੇ ਖੇੜੀ ਚ ਵੀ ਹੈਗੇ ਹਾਂਜੀ ਅੱਛਾ 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 ਇੱਥੇ ਵੀ ਹੈ ਹਿਰਦਾਪੁਰ ਚ ਵੀ ਬੈਠੇ ਆ ਹਾਂਜੀ ਹਾਂ ਵਿੱਚ ਹਿਰਦਾਪੁਰ ਟੋਬਾ ਹੀ ਬਚਾਲਾ ਹੈ ਬਸ ਅੱਛਾ 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 ਇਹ ਦੱਸੋ ਹੱਲੇ ਦੇਖੇ ਵੀ ਹੈ ਤੁਸੀਂ ਹਾਂ ਦੇਖੇ ਕਿਆ ਹੋ ਗਿਆ ਸੀ ਇਕਦਮ ਲੋਕਾਂ ਨੂੰ ਕਿਆ ਹੋ ਗਿਆ ਚੱਕਰ ਕਿਆ ਪੈ ਗਿਆ ਹਾਂ ਕਿਆ ਚੱਕਰ ਹੈ ਹੱਲੇ ਦੁਨੀਆ ਇੱਧਰ ਸਾਰੇ ਕਿਆ ਮਾਰੇ ਨਹੀਂ ਉਹਨਾਂ ਨੇ ਉੱਧਰ ਬਾਰਮਾ ਅੱਛਾ ਉਧਰ ਉਧਰ ਵੀ ਹੋਏ ਇਧਰ ਵੀ ਹੋਏ ਤੇ ਉਧਰ ਤੇ ਸਨੇਹੇ ਆਂਦੇ ਹੋਣੇ ਫਿਰ ਇਧਰ ਹਾਂ ਜੀ ਹਾਂ ਅੱਛਾ ਜਿਹੜੇ ਉਧਰ ਤੇ ਆਏ ਇਧਰ ਰਿਫਿਊਜੀ ਆਪਣੇ ਪਿੰਡਾਂ ਚ ਹੈਗੇ ਆ ਇੱਥੇ ਹਾਂ ਹੈਗੇ ਹੈਗੇ ਆਪਣੇ ਇੱਥੇ ਪਿੰਡ ਚ ਹੈਗੇ ਹਾਂ ਜੀ ਅੱਛਾ 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 ਹੈਗੇ ਹੈਗੇ ਅੱਛਾ ਆਪਸ ਦੇ ਵਿੱਚ ਲੋਕਾਂ ਦਾ ਖਾਣ ਪੀਣ ਠੀਕ ਸੀ ਖਾ ਲੈਂਦੇ ਸੀ ਇੱਕ ਦੂਜੇ ਦੇ ਹਾਂਜੀ ਖਾਣਾ ਤਾਂ ਖਾਂਦੇ ਸੀ ਨਹੀਂ ਇੱਕ ਦੂਜੇ ਦੇ ਬੈਠ ਕੇ ਖਾ ਲੈਂਦੇ ਸੀ ਹਾਂ ਖਾ ਲੈਂਦੇ ਹਾਂ ਇੱਕ ਦੂਜੇ ਦੇ ਖਾ ਲੈਂਦੇ ਸੀ ਵਿਆਹ ਸ਼ਾਦੀਆਂ ਚ ਆਣ ਜਾਣ ਸੀਗਾ ਹਾਂ ਸਾਹਿਬ ਦਾ ਅੱਛਾ ਇਹਨਾਂ ਪਾਕਾ ਖਾਣਾ ਰੱਖੋ ਨਹੀਂ ਕੋਈ ਕੱਦਾ ਕਰਦਾ ਨਹੀਂ ਆਉਂਦਾ ਅੱਛਾ ਅੱਛਾ ਨਹੀਂ ਸਾਹਿਬ ਆਉਂਦੇ ਜਾਂ ਇਹ ਲਕੋ ਕੇ ਰੱਖੇ ਤੇ ਮੁਸਲਮਾਨ ਰੋਟੀ ਖਾਈ ਜੱਟਾਂ ਹੁਣ ਉਹ ਕੈਂਪਾਂ ਮਾ ਜੀ ਅੱਛਾ ਆ ਜਾਓ ਤੁਸੀਂ ਦੇਖੋ ਜੀ ਇਹ ਵੀ ਸਾਡੇ ਨਾਲ ਹੈਗੇ ਬਜ਼ੁਰਗ ਕੀ ਕਹਿੰਦੇ ਜੋ ਨੇੜੇ ਆ ਜਾਓ ਤੁਸੀਂ ਇੱਥੇ ਆ ਜਾਓ ਆਪਣੇ ਕੋਲ ਆ ਜਾਓ ਤੁਹਾਨੂੰ ਵੀ ਜਾਣਕਾਰੀ ਹੋਏਗੀ ਕਿੰਨੀ ਉਮਰ ਹੈ ਤੁਹਾਡੀ ਮੇਰੇ 50 ਦੀ ਹੈ ਤੁਸੀਂ ਤਾਂ ਮੇਰੇ ਤੋਂ ਛੋਟੇ ਹੈ ਮੈਂ ਤਾਂ 56 ਸਾਲ ਦਾ ਮੈਂ ਹੋ ਗਿਆ ਅੱਛਾ ਚਲੋ
ਦੇਖੋ ਅਸੀਂ ਜਿਹੜੇ ਲੋਕ ਆ 50 ਟੱਪੇ ਹੋਏ ਨਾ ਅਸੀਂ ਕਹਾਣੀਆਂ ਤਾਂ ਸੁਣੀਆਂ ਨਾ ਹਾਂਜੀ ਹਾਂ ਆਪਣੇ ਦਾਦਿਆਂ ਤੋਂ ਆਪਣੇ ਬਾਬਿਆਂ ਤੋਂ ਆਪਣੇ ਚਾਚਿਆਂ ਤੋਂ ਤਾਇਆਂ ਤੋਂ ਕਹਾਣੀਆਂ ਤਾਂ ਸੁਣੀਆਂ ਤਾਂ ਤੁਸੀਂ ਕਿਆ ਕਹਾਣੀ ਸੁਣੀ ਹੈ ਇੱਥੇ ਜੀ ਇੱਥੇ ਇਹ ਵੀ ਜਿਹੜਾ ਲੜਾਈ ਹੋਈ ਸੀ ਹਾਂਜੀ ਹਾਂਜੀ ਕਿਰਪਾਨ ਦਾ ਦੱਸਿਆ ਕਿ ਵੱਡੇ ਹੈ ਜੀ ਅੱਛਾ ਵੱਡੇ ਮੁਸਲਮਾਨ ਉਹ ਨੱਠੇ ਬੜਾਂਗਾ ਹੋਇਆ ਪੂਰਾ ਜੀ ਉਹਨੇ ਮੁਕਾਬਲਾ ਕਰਿਆ ਇਹਦੇ ਮੁਕਾਬਲਾ ਹੋਇਆ ਮੈਂ ਦੌਰ ਤਾਂ ਮਾੜਾ ਸੀਗਾ ਹਨਾ ਮਾੜਾ ਤੇ ਜੀ ਹਾਂ ਉਹ ਬੇ ਰਾਤ ਲੱਗੇ ਫੇਰ ਪੈਂਦਾ ਇਹ ਇਹਦਾ ਮਤਲਬ ਜਿਹੜਾ ਲੋਕ ਇੰਨੀ ਸਦੀਆਂ ਤੋਂ ਪਿਆਰ 'ਚ ਰਹਿ ਰਹੇ ਸੀ ਆਪਸ ਦੇ ਨਾਲ ਵਧੀਆ ਤਰੀਕੇ ਨਾਲ ਰਹਿ ਰਹੇ ਸੀਗੇ ਅਤੇ ਵੱਢ ਵਡਾਂਗਾ ਹੋ ਗਿਆ ਬਿਨਾਂ ਗੱਲ ਤੋਂ ਲੈਣ ਨਹੀਂ ਦੇਣ ਜੀ ਹਾਂ ਕਹਿੰਦੇ ਪੰਜਾਬ ਜਾਂ ਵੱਢਿਆ ਗਿਆ ਜਾਂ ਵੰਡਿਆ ਗਿਆ ਵਿਸ਼ਨ ਠਾਓ ਕੱਢੋ ਉਹਨਾਂ ਨੂੰ ਵੱਢੇ ਤੇ ਜੀ ਉੱਥੋਂ ਮਾਰਨ ਦੇ ਬਸ ਉਹ ਵੀ ਬਸ ਦੰਗੇ ਇਕਦਮ ਹੋ ਗਏ ਨਾ ਦੰਗੇ ਹੋ ਗਏ ਇਕਦਮ ਹੋ ਗਏ ਇਹ ਜਿਹੜਾ ਆਪਣਾ ਏਰੀਆ ਸਾਰਾ ਮਤਲਬ ਲੈ ਕੇ ਆਪਾਂ ਜੇ ਬਿੰਦਰਖ ਤੋਂ ਲੈ ਕੇ ਚੱਲੀਏ ਉਹ ਘਨੌਲੀ ਤੱਕ ਚੱਲੀਏ ਮੇਰੇ ਖਿਆਲ ਬਾਬਾ ਜੀ ਦੇਵ ਜੀ ਨੂੰ ਪਤਾ ਹੋਣਾ ਕੀ ਕਹਿੰਦੇ ਇਹਨੂੰ ਬਾਹਰੇ ਕਹਿੰਦੇ ਬਾਹਰੇ ਬਾਰਾਂ ਕਿਉਂ ਕਹਿੰਦੇ ਸੀ ਮੈਂ ਸੁਣਿਆ ਇਹਨੂੰ ਬਾਰਾਂ ਕਹਿੰਦੇ ਆ ਆਪਾਂ ਮੈਂ ਕਹਿੰਦਾ ਕੁਲ ਵੀ ਕਰ ਲੈ ਬਾਰਾਂ ਕਿਉਂ ਕਹਿੰਦੇ ਜੀ ਇਹਨੂੰ ਬਾਰਾਂ ਰੱਖਿਆ ਸਾਰੇ ਏਰੀਏ ਦਾ ਬਾਰਾਂ ਕਹਿੰਦੇ ਕਿਉਂ ਸੀ ਭਾਈ ਪਤਾ ਨਹੀਂ ਮੈਂ ਮੈਨੂੰ ਪਤਾ ਮੈਂ ਸੁਣਿਆ ਕਿਤੋਂ ਕਹਿੰਦੇ 12 ਪਿੰਡ ਸੀਗੇ ਇਹ ਲਗਾਤਾਰ ਸਾਰੇ ਹੈ ਜੀ ਬਾਰੇ ਕਹਿੰਦੇ ਸੀ ਅੱਛਾ ਜ਼ਿਆਦਾ ਗੁੱਜਰ ਮੁਸਲਮਾਨ ਸੀ ਇਸ ਏਰੀਏ ਦੇ ਵਿੱਚ ਬਹੁਤ ਤੇ ਬਹੁਤ ਮੁਸਲਮਾਨ ਕਿੱਬੇ ਦੇ ਲਾਗ ਲਾਗ ਘਰ ਹੈਗੇ ਹਜੇ ਪਰਖਾਲੀ ਚ ਹੈਗੇ ਤੁਸੀਂ ਦੱਸਦੇ ਹੈਗੇ ਉਹਨਾਂ ਦੇ ਘਰ ਹੈ ਨਾ ਹਾਂ ਪਰਖਾਲੀ ਚ ਪਰਖਾਲੀ ਚ ਹੈਗੇ ਆ ਵਧੀਆ ਕੰਮ ਕਰ ਰਹੇ ਅੱਛਾ ਸਬਜ਼ੀ ਬਣ ਗਏ ਦੇਖੋ ਪੰਜਾਬੀ ਮੁਸਲਮਾਨ ਪੰਜਾਬ ਦੇ ਵਿੱਚ ਜੇ ਦੇਖਣ ਨੂੰ ਮਿਲਦਾ ਤਾਂ ਵਧੀਆ ਲੱਗਦਾ ਆਪਾਂ ਨੂੰ ਕੈਂਪ ਕਹਿੰਦੇ ਕਰਾਲੀ ਲੱਗਿਆ ਨਾ ਹਾਂਜੀ ਕਰਾਲੀ ਦੇ ਕੈਂਪ ਬਾਰੇ ਸੁਣਿਆ ਕੁਛ ਤੁਹਾਨੂੰ ਯਾਦ ਹੈ ਕੁਛ ਹਾਂਜੀ ਆਏ ਵਿੱਚ ਪੈਸੇ ਦੇਖੀਏ ਕੱਢ ਕੇ ਵੀ ਲੈ ਆਉਂਦੇ ਅੱਛਾ ਹਾਂਜੀ ਕੀ ਪੈਸੇ ਕਿਆ ਕਹਿੰਦੇ ਤੁਸੀਂ ਪੈਸੇ ਜੱਬੇ ਵਿੱਚ ਉਹਨਾਂ ਨੇ ਉੱਠਾ ਇਹਨਾਂ ਨੂੰ ਬੋਲਣ ਦੋ ਜੀ ਆਪਾਂ ਇਹਨਾਂ ਨਾਲ ਗੱਲ ਕਰਦੇ ਪੈਸੇ ਜੱਬੇ ਇਹਨਾਂ ਨੂੰ ਜ਼ਿਆਦਾ ਜਾਣਕਾਰੀ ਹੈ ਮੈਂ ਤਾਂ ਕਹਿੰਦਾ ਸਾਡੇ ਕੰਮ ਦਾ ਇੱਕ ਤਾਂ ਤੇਲੀ ਜਾ ਅੱਛਾ ਇਹ ਇੱਕ ਹੋਰ ਧੋ ਲਿਆ ਪੈਸੇ ਕਢਾ ਕੇ ਫਿਰ ਜੱਬੇ ਵਿੱਚ ਉਹਨਾਂ ਨੇ ਅੱਛਾ ਬਾਗ ਮਾ ਕਿਹੜੇ ਬਾਗ ਚ ਕਰਾਲੀ ਕਰਾਲੀ ਬਾਗ ਚ ਹਾਂਜੀ ਪੰਪ ਸਾਹਿਬ ਅੱਛਾ ਬਾਅਦ ਚੋਂ ਪੈਸੇ ਕਢਾ ਕੇ ਲਏ ਲੋਕੀ ਹਾਂ ਕਰਾਲੀ ਬਾਗ ਚੋਂ ਹਾਂ ਹਾਂ ਜੀ ਅੱਛਾ ਉੱਥੇ ਤਾਂ ਪੈਸੇ ਦੱਬ ਗਏ ਹੋਣੇ ਉਹ ਹੈ ਨਾ ਸਾਹਮਣੇ ਜੀ ਅੱਛਾ 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 ਪੱਤੇ ਖਾ ਖਾ ਕੇ ਭਗਤ ਕੱਟਿਆ ਉੱਥਾ ਮੁਸਲਮਾਨਾਂ ਨੇ ਅੱਛਾ ਹਾਂਜੀ ਪੱਤੇ ਖਾ ਲਏ ਇਹ ਤੁਹਾਨੂੰ ਕਿਹਨੇ ਕਿਹਾ ਪੱਤੇ ਖਾ ਕੇ ਭਗਤ ਕੱਟਿਆ ਤੇਲੀ ਉਹ ਦੱਸੇ ਕਰਦਾ ਸਾਡੇ ਕੋਲ ਪਰਿਵਾਰ ਤਾਂ ਹੋਏਗਾ ਅੱਛਾ ਉਹਨਾਂ ਨੇ ਦੱਸਿਆ ਦੁਕਾਨ ਕਰੀ ਵੀ ਇੱਕ ਅੱਛਾ ਉਹ ਵਾਪਸ ਆ ਗਿਆ ਉੱਥੋਂ ਫਿਰ ਤੇਲੀ ਕੁਰਾਲੀ ਤੋਂ ਵਾਪਸ ਆ ਗਿਆ ਉਹਨੇ ਆ ਕੇ ਤੁਹਾਨੂੰ ਦੱਸਿਆ ਹੋਣਾ ਅੱਛਾ ਇੱਥੇ ਰਹਿਣ ਲੱਗ ਗਏ ਚਲੋ ਚਲੋ ਬਹੁਤ ਅੱਛਾ ਹੋਰ ਕੋਈ ਜਿਹੜੇ ਘਰ ਛੱਡੇ ਹੋਏ ਉੱਥੇ ਦੇ ਬੜੇ ਜਿਹੜੇ ਲੋਕ ਉੱਥੇ ਚਲੇ ਗਏ ਪਾਕਿਸਤਾਨ ਚਲੇ ਗਏ ਇੱਧਰ ਉਹਨਾਂ ਦੇ ਘਰ ਹੈਗੇ ਆ ਹਜੇ ਮਕਾਨ ਹੈਗੇ ਮਕਾਨ ਤਾਂ ਢਾਹ ਟੁੱਟੇ ਸੀ ਕਬਜ਼ੇ ਕੁਬਜ਼ੇ ਵੀ ਕਰ ਲਏ ਨਵੇਂ ਸਿਰੇ ਭੋਇਆ ਮਿਲ ਗਈਆਂ ਹੋਰ ਲੋਕਾਂ ਨੂੰ ਅੱਛਾ ਅੱਛਾ ਦੇਵ ਜੀ ਤੁਹਾਡੇ ਨਾਲ ਗੱਲ ਕਰਦੇ ਹਾਂ ਖਾਸ ਆਪਾਂ ਤੁਹਾਡੇ ਮਿੱਤਰ ਵੀ ਬੈਠੇ ਹੈ ਇਹ ਚਲੋ ਇਹ ਵੀ 50-60 ਟੱਪੇ ਹੋਏ ਹੈ ਮੈਂ ਵੀ 56 ਸਾਲ ਦਾ ਹੁਣ ਹੈਗਾ ਵਕਤ ਜਿਹੜਾ ਹੈ ਪਹਿਲਾਂ ਚੰਗਾ ਸੀਗਾ ਕਿ ਹੁਣ ਚੰਗਾ ਪਹਿਲਾਂ ਰੱਦੀ ਦਾ ਲੋਕ ਅੱਛਾ ਪਹਿਲਾਂ ਕਿਆ ਰੱਦੀ ਦਾ ਰੱਦੀ ਆਣ ਤੇ ਚੱਲਦਾ ਦੂਏ ਕੋਈ ਹਾਂਜੀ ਚੱਲਦਾ ਕੋਈ ਅੱਛਾ ਇਕੱਠੇ ਬਹਿੰਦਾ ਤਾ ਕੋਈ ਅੱਛਾ ਉਹ ਤਾਂ ਇਕੱਠੇ ਬਹਿੰਦਾ ਅੱਗੇ ਸਾਡਾ ਸਾਰਾ ਗਰੋਂ ਉਹ ਬਰੋਟਾ ਹੁੰਦਾ ਤਾ ਅੱਛਾ ਕੱਚੀ ਤਾਂ ਮਸਾਲਾ ਸੀ ਅੱਛਾ ਪਰ ਇੱਟਾਂ ਲੈਂਦੀਆਂ ਸੀ ਖਿਜ਼ਰਾਬਾਦ ਤੇ ਘਰ ਪਾਤੀ 500 ਰੁਪਏ ਲਾਤੀ ਸੀ ਖਿਜ਼ਰਾਬਾਦ ਤੇ ਅੱਛਾ ਫਿਰ ਪੱਕੀ ਕਰੀ ਸੀ ਉੱਥੇ ਸਭ ਨੇ ਆਪਣੀਆਂ ਆਪਣੀਆਂ ਮੰਜੀਆਂ ਲੈ ਆਉਣੀਆਂ ਅੱਛਾ ਬਰੋਟੇ 'ਚ ਪੈ ਰਹੇ ਪਹਿਲਾਂ ਬਹਿੰਦੇ ਸੀ ਹਾਂਜੀ ਹੁਣ ਨਹੀਂ ਬਹਿੰਦੇ ਹੁਣ ਕੱਟੇ ਬਹਿੰਦੇ ਫਿਰ ਪਹਿਲਾਂ ਚੰਗਾ ਹੋਇਆ ਆਪਣੀ ਹੈ ਲਾਈ ਵੀ ਆ ਜੱਟਾਂ ਨੇ ਜੁੜੀ ਲਾਈ ਵੀ ਆ ਅੱਛਾ ਅੱਡਾ ਤਾਂ ਉਹ ਹੈ ਜਿਹੜਾ ਪਹਿਲਾਂ ਕਿਸੇ ਨੇ 1000 ਦੇ ਤਾਂ ਕਿਸੇ ਨੇ 70,000 ਰੁਪਇਆ ਲੱਗਿਆ ਵਾ ਹੁਣ ਅੱਛਾ ਦੇਵ ਜੀ ਇਹਦਾ ਮਤਲਬ ਪਹਿਲਾਂ ਤਾਂ ਚੰਗਾ ਸੀਗਾ ਪਹਿਲਾਂ ਇਕੱਠੇ ਬਹਿੰਦੇ ਸੀ ਤੁਸੀਂ ਕਹਿੰਦੇ ਪਹਿਲਾਂ ਠੀਕ ਨਹੀਂ ਸੀ ਨਾ ਨਾ
ठीक है बच्चे टाइम लगा जरा टाइम लग गया हो ठीक है बूढ़े ठेले बैठे रहने बूढ़े ठेले दे अच्छा नहीं बूढ़ा मार नुटा सुना हां चलो देखो जी इन्हें अब तो अपने मोटर पे बहुत कर दाड़ मोटर बाजार के पिंडा मरे हां तेरा 14 घर है साढ़े 12 अच्छा अच्छा हां तो कहां दो घर ऊपर जा रहे अच्छा हो रहा है पासा नजीक अच्छा कैम है तुरदे फिरदे तुसी हां जी लाठी दे हाथ रहने तो मुंह पर दे दंद दंद ठीक है अच्छा मुझे खाना पीना ठीक है खाना पीना बहुत टोका नीचे नीचे टूरा करके डोब का खा अच्छा अच्छा चलो पढ़े भी है स्कूल चे तुसी नहीं पढ़े नहीं मैं झूठ बोल रहा हूं मैं अल्फ दे बे नहीं आऊंगा अल्फ दे बे नहीं आऊंगा देखो गल तो उठे ही आ गई अल्फ अल्फ बे तुसी कहता बड़े लोगों को तो अल्फ ते बे पता ही नहीं अल्फ क्या होंगे ते बे क्या होंगे ये भी तुहाड़ी बड़ी खासियत है देखो जी ये साडे कोल असी जा रहे सीगे गड्डी वाले नूं लभदे होए ते बजुर्ग मिल गए सानू वेखिया ही इन्हां देखदे सारे मैनूं चा चढ़ गया कि हाजी जाना अच्छा रेड़े ते जाना हां रुकी यार बाबा जी ने जाना रेड़े ते लाओ जी बाकी गल करते रेड़े ते चढ़ा लीए तो यह बंदे जड़े लभदे नहीं जी बजुर्ग जड़े है तो असी सोचा कि यह बाबा जी नाल गल करिए ते नाले पुछिए इन्हां तो इन्होंने वलैती जड़ा है इन्हां दा मित्र दोस्त ओदी गल की है ते तेली परिवार की गल की है मुरे नूं हो जाओ जी मुरे नूं हाँ चंगा जी बाबा जी फिर मेहरबानी थोड़ी गप्पा मारने ही रुके सी अज जुत्ती कर लो परले पासे नूं जी देखो जी ये लोग है साढ़े विरसे ते विरासत नूं संभाल के बैठे हुए 90 साल दे बजुर्ग हैं असी इस समय जिहड़ा है खेड़ी पिंड दे विच खड़े हैं और इधर असी गड्डियां वाले नूं लभण जा रहे हैं तो उन्हां नाल गलबात करनी है तो बाबा जी देव जी मिल गए 90 साल की उम्र है और इन्होंने पुराने समय के वंड तो पहलों के हालातों से थोड़ी बहुत जिनी कु जानकारी सी काली काली लै सके लई है उम्मीद करते हैं थोनों साडा ये उपराला चंगा लग्या होएगा इस तरह के वीडियोज़ असी लैके आते रहेंगे आ रहे हैं प्यार बनाई रखियो साढ़े नाल जुड़े रहो धन्यवाद।